ਅਸੀਂ 22 ਤਾਰੀਖ ਤੋਂ ਹਰ ਰੋਜ਼ 200 ਕਿਸਾਨਾਂ ਦਾ ਜੱਥਾ ਪਾਰਲੀਮੈਂਟ ਵੱਲ ਮਾਰਚ ਕਰਨ ਵਾਸਤੇ ਭੇਜਾਂਗੇ। ਔਰ ਉਹਨਾਂ ਸਬਦੇ ਸਬਦੇ ਹਰ ਜਥੇਬੰਦੀ ਦੇ ਪੰਜ ਬੰਦੇ ਹੋਣਗੇ। ਰੇਗ ਦਾ ਆਧਾਰ ਕਾਰਡ, ਆਈਡੈਂਟੀਟੀ ਕਾਰਡ, ਫੋਟੋ ਉਹ ਸਭ ਲੱਗੀ ਹੋਏਗੀ। ਫੈਸਲਾ ਇਹ ਵੀ ਹੋਇਆ ਹੈ ਕਿ 17 ਤਾਰੀਖ ਨੂੰ ਅਸੀਂ ਇੱਕ ਵੋਟਰਜ਼ ਵਿਪ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਦੇ ਮੈਂਬਰਸ ਆਫ ਪਾਰਲੀਮੈਂਟ ਦੇ ਨਾਲ ਜਾਰੀ ਕਰਨ ਵਾਲੇ ਆ। ਦੋਸਤੋ ਕਿਸਾਨ ਅੰਦੋਲਨ ਚੜ੍ਹਦੀ ਕਲਾ ਵਿੱਚ ਹੈ ਪਿੰਡਾਂ ਵਿੱਚੋਂ ਜਥੇ ਆਉਣੇ ਵੱਡੀ ਗਿਣਤੀ ਵਿੱਚ ਸ਼ੁਰੂ ਹੋ ਗਏ ਨੇ ਇਹ ਹਰ ਤਰ੍ਹਾਂ ਨਾਲ ਅੰਦੋਲਨ ਹਰ ਐਂਗਲ ਤੋਂ ਚੜ੍ਹਦੀ ਕਲਾ ਵਿੱਚ ਹੈ ਤੇ ਖਿਆਲ ਰੱਖੋ ਜਿਸ ਤਰ੍ਹਾਂ ਡਿਸਪਲਿਨ ਪਹਿਲਾਂ ਬਣਾ ਕੇ ਰੱਖਿਆ ਉਸੇ ਤਰ੍ਹਾਂ ਡਿਸਪਲਿਨ ਬਣਾ ਕੇ ਰੱਖਣਾ ਹੈ ਆਪਣੇ ਅੰਦੋਲਨ ਨੂੰ ਪੀਸਫੁੱਲ ਰੱਖਣਾ ਹੈ ਸਰਕਾਰ ਦੀਆਂ ਏਜੰਸੀਆਂ ਤੇ ਬਹੁਤ ਸਾਰੀਆਂ ਫੋਰਸਿਸ ਜਿਨ੍ਹਾਂ ਨੇ 26 ਜਨਵਰੀ ਨੂੰ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਉਹ ਫਿਰ ਅੰਦਰੋਂ ਸਰਗਰਮ ਨੇ ਪਰ ਆਪਾਂ ਸਾਰਿਆਂ ਨੇ ਖਿਆਲ ਰੱਖਣਾ ਹੈ ਉਹਨਾਂ ਦੀ ਵਜ੍ਹਾ ਕਰਕੇ ਹੀ ਆਪਾਂ ਨੇ ਮੋਰਚੇ ਦੀ ਜਿਹੜੀ ਪਾਰਲੀਮੈਂਟ ਵੱਲ ਮਾਰਚ ਹੈ ਉਹਦੀ ਗਿਣਤੀ ਬਹੁਤ ਛੋਟੀ ਰੱਖੀ ਹੈ ਤਾਂ ਕਿ ਸਾਡੇ ਕੰਟਰੋਲ ਵਿੱਚ ਰਹਿ ਸਕੇ ਫੈਸਲਾ ਇਹ ਕੀਤਾ ਗਿਆ ਹੈ 19 ਤਾਰੀਖ ਨੂੰ ਸਿਰਫ ਰਾਸ਼ਟਰਪਤੀ ਨੇ ਆਪਣਾ ਭਾਸ਼ਣ ਪੜ੍ਹਣਾ ਹੈ ਤੇ ਪਰ 22 ਤਾਰੀਖ ਤੋਂ ਸੀਰੀਅਸ ਬਿਜ਼ਨਸ ਜਿਹੜਾ ਸ਼ੁਰੂ ਹੋਏਗਾ ਅਸੀਂ 22 ਤਾਰੀਖ ਤੋਂ ਹਰ ਰੋਜ਼ 200 ਕਿਸਾਨਾਂ ਦਾ ਜਥਾ ਪਾਰਲੀਮੈਂਟ ਵੱਲ ਮਾਰਚ ਕਰਨ ਵਾਸਤੇ ਭੇਜਾਂਗੇ ਔਰ ਉਹਨਾਂ ਸਬਦੇ ਸਬਦੇ ਹਰ ਜਥੇਬੰਦੀ ਦੇ ਪੰਜ ਬੰਦੇ ਹੋਣਗੇ ਹਰੇਕ ਦਾ ਆਧਾਰ ਕਾਰਡ ਆਇਡੈਂਟੀਟੀ ਕਾਰਡ ਫੋਟੋ ਉਹ ਸਭ ਲੱਗੀ ਹੋਏਗੀ ਸਾਰੇ ਜ਼ਿਲ੍ਹਿਆਂ ਨੂੰ ਬੇਨਤੀ ਹੈ ਵੀ ਆਪਣੇ ਜਿਹੜੇ ਤੁਹਾਡੇ ਜਥੇ ਚ ਜਾਣ ਵਾਲੇ ਕਿਸਾਨ ਨੇ ਉਹਨਾਂ ਦੀ ਇੱਕ ਇੱਕ ਪਾਸਪੋਰਟ ਸਾਈਜ਼ ਫੋਟੋ ਇਹ ਉਹਨਾਂ ਦਾ ਆਧਾਰ ਕਾਰਡ ਦੀ ਕਾਪੀ ਇਹ ਦਫ਼ਤਰ ਜ਼ਰੂਰ ਪਹੁੰਚਦੀ ਕਰਨ ਤੇ ਸਾਰੇ ਹਰ ਰੋਜ਼ ਪੰਜ ਪੰਜ ਦੇ ਜਥੇ ਗੋਲ ਮਲਾਕੇ 200 ਕਿਸਾਨਾਂ ਦਾ ਜਥਾ ਹਰ ਰੋਜ਼ ਜਾਇਆ ਕਰੇਗਾ ਸਭ ਨੂੰ ਇਹ ਹਦਾਇਤ ਹੈ ਵੀ ਜੇ ਸਰਕਾਰ ਗ੍ਰਿਫਤਾਰ ਕਰਦੀ ਹੈ ਤਾਂ ਜਦੋਂ ਤੱਕ ਤੁਹਾਨੂੰ ਕੋਈ ਹਦਾਇਤ ਨਹੀਂ ਹੁੰਦੀ ਉਦੋਂ ਤੱਕ ਕੋਈ ਜ਼ਮਾਨਤ ਨਹੀਂ ਕਰਾਏਗਾ ਇਸ ਲਈ ਸਾਰਿਆਂ ਨੇ ਪੀਸਫੁਲ ਰਹਿਣਾ ਹੈ ਖਿਆਲ ਰੱਖਣਾ ਹੈ ਵੀ ਕੋਈ ਬਾਹਰੋਂ ਹੋਰ ਕੋਈ ਬੰਦਾ ਸਾਡੇ ਵਿੱਚ ਸ਼ਾਮਲ ਨਾ ਹੋਵੇ ਤਾਂ ਕਿ ਅਸੀਂ ਆਪਣੇ ਇਸ ਅੰਦੋਲਨ ਨੂੰ ਸ਼ਾਂਤੀ ਨਾਲ ਸਿਰੇ ਚੜਾ ਸਕੀਏ ਇਸ ਲਈ ਇੱਕ ਤੁਹਾਡੀ ਜਾਣਕਾਰੀ ਲਈ ਹੋਰ ਵੀ ਦੱਸਾਂ ਇੱਕ ਫੈਸਲਾ ਇਹ ਵੀ ਹੋਇਆ ਹੈ ਇਸ 17 ਤਾਰੀਖ ਨੂੰ ਅਸੀਂ ਇੱਕ ਵੋਟਰਜ਼ ਵਿਪ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਦੇ ਮੈਂਬਰਸ ਆਫ ਪਾਰਲੀਮੈਂਟ ਦੇ ਨਾਲ ਜਾਰੀ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਕਹਿਣ ਵਾਲੇ ਹਾਂ ਉਸ ਵੋਟਰਜ਼ ਵਿਪ ਦੇ ਵਿੱਚ ਵੀ ਤੁਸੀਂ ਸਾਡੀਆਂ ਵੋਟਾਂ ਨਾਲ ਚੁਣ ਕੇ ਗਏ ਹੋ ਤੇ ਜਿਵੇਂ ਪਾਰਟੀਆਂ ਵਿਪ ਜਾਰੀ ਕਰਦੀਆਂ ਉਸੇ ਤਰ੍ਹਾਂ ਦਾ ਅਸੀਂ ਵਿੱਪੇ ਜਾਰੀ ਕਰਾਂਗੇ ਉਹਦੇ ਵਿੱਚ ਅਸੀਂ ਕਹਾਂਗੇ ਵੀ ਤੁਸੀਂ ਏਡਾ ਲੰਬੇ ਸਮੇਂ ਤੋਂ 7.5 ਮਹੀਨੇ ਤੋਂ ਕਿਸਾਨ ਇੱਤੇ ਬੈਠੇ ਨੇ ਤੇ ਤੁਸੀਂ ਹਾਲੇ ਤੱਕ ਤੁਹਾਡੀ ਪਾਰਟੀ ਨੇ ਨਾ ਤੁਸੀਂ ਕਿਸੇ ਨੇ ਮੂੰਹ ਨਹੀਂ ਖੋਲਿਆ ਅਸੀਂ ਤੁਹਾਨੂੰ ਹਦਾਇਤ ਕਰਦੇ ਹਾਂ ਕਿ ਜਿੱਦਣ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਵੇ 22 ਤਾਰੀਖ ਤੋਂ ਲਗਾਤਾਰ ਤੁਸੀਂ ਹਾਜ਼ਰ ਰਹਿ ਕੇ ਕਿਸਾਨ ਮੰਗਾਂ ਲਈ ਸਭ ਤੋਂ ਪਹਿਲਾਂ ਸਰਕਾਰ ਤੇ ਦਬਾਅ ਬਣਾਓਗੇ 19 ਦਿਨ ਹਾਊਸ ਨਹੀਂ ਚੱਲਣ ਦੋਗੇ ਜਦ ਤੱਕ ਕਿਸਾਨ ਮੰਗਾਂ ਦੇ ਉੱਤੇ ਸਰਕਾਰ ਕੋਈ ਪਾਰਲੀਮੈਂਟ ਦੇ ਵਿੱਚ ਹਾਊਸ ਦੇ ਵਿੱਚ ਕੋਈ ਯਕੀਨ ਨਹੀਂ ਦਿਵਾਉਂਦੀ ਔਰ ਜੇ ਤੁਹਾਨੂੰ ਕੋਈ ਬਾਹਰ ਵੀ ਕੱਢ ਦੇ ਹਾ우스 ਦੇ ਵਿੱਚੋਂ ਸਸਪੈਂਡ ਕਰ ਦੇ ਤੁਸੀਂ ਫੇਰ ਵੀ ਦੁਬਾਰਾ ਜਾ ਕੇ ਵਿਰੋਧ ਕਰੋਗੇ ਉਦੋਂ ਤਾਂ ਹੀ ਹਾ우스 ਨਹੀਂ ਚੱਲਣ ਦੋਗੇ ਜਦੋਂ ਤੱਕ ਕਿਸਾਨ ਮੰਗਾਂ ਦੇ ਉੱਤੇ ਸਰਕਾਰ ਕੁਝ ਕਹਿੰਦੀ ਨਹੀਂ ਇਹ ਵੀ ਉਹਨਾਂ ਨੂੰ ਕਿਹਾ ਜਾਏਗਾ ਵੀ ਤੁਸੀਂ ਕਿਸੇ ਨੇ ਵਾਕ ਆਊਟ ਨਹੀਂ ਕਰਨਾ ਕਿਉਂਕਿ ਵਾਕ ਆਊਟ ਕਰਨਾ ਸਰਕਾਰ ਨੂੰ ਮੌਕਾ ਮਿਲ ਜਾਂਦਾ ਹੈ ਵੀ ਉਹ ਜਦੋਂ اپੋਜੀਸ਼ਨ ਬਾਹਰ ਆ ਜਾਂਦੀ ਹੈ ਤਾਂ ਫਿਰ ਆਪਣਾ ਜਿਹੜਾ ਕੰਮ ਹੁੰਦਾ ਹੈ ਉਹਨੂੰ ਨੇ ਪ੍ਰਚਲਣ ਲੈਂਦੇ ਨੇ ਆਪਣੇ ਬਿਜ਼ਨਸ ਨੂੰ ਪ੍ਰਚਲਣ ਲੈਂਦੇ ਨੇ ਇਸ ਲਈ ਕਿਸੇ ਨੂੰ ਬਾਕ ਆਊਟ ਕਰਨ ਦੀ ਜ਼ਰਤ ਨਹੀਂ ਹੋਏਗੀ ਨਾਲ ਇਹ ਸਾਫ ਉਹਦੇ ਵਿੱਚ ਲਿਖਿਆ ਹੈ ਵੀ ਜੇ ਤੁਸੀਂ ਕਿਸਾਨਾਂ ਦੀ ਹੁਣ ਵੀ ਹਮਾਇਤ ਨਾ ਕੀਤੀ ਪਾਰਲੀਮੈਂਟ ਦੇ ਵਿੱਚ ਤਾਂ ਅਸੀਂ ਜਿਸ ਤਰ੍ਹਾਂ ਭਾਜਪਾ ਦੇ ਲੀਡਰਾਂ ਦਾ ਭਾਜਪਾ ਦੇ ਐਮਪੀ ਐਮਐਲਿਆਂ ਦਾ ਵਿਰੋਧ ਕਰਦੇ ਹਾਂ ਅਸੀਂ ਉਸੇ ਤਰ੍ਹਾਂ ਫਿਰ ਤੁਹਾਡਾ ਵੀ ਵਿਰੋਧ ਕਰਾਂਗੇ ਇਹ ਬੜਾ ਸੋ ਸਮਝ ਕੇ ਸਾਰੇ ਫੈਸਲੇ ਕੀਤੇ ਹੋਏ ਨੇ ਆਮ ਕਿਸਾਨਾਂ ਨੂੰ ਜਿਹੜੇ ਜਥਿਆਂ ਵਿੱਚ ਜਾਣਗੇ ਉਹਨਾਂ ਨੂੰ ਮੇਰੀ ਬੇਨਤੀ ਹੈ ਤੁਸੀਂ ਵਲੰਟੀਅਰ ਹੋ ਤੁਸੀਂ ਇਸ ਐਜੀਟੇਸ਼ਨ ਦੀ ਜਿੰਦجان ਹੋ ਤੁਸੀਂ ਨੁਮਾਇंदे ਬਣ ਕੇ ਅੰਦੋਲਨ ਦੇ ਉੱਤੇ ਜਾਣਾ ਹੈ ਪਾਰਲੀਮੈਂਟ ਵੱਲ ਮਾਰਚ ਕਰਨਾ ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕੋਈ ਤੁਹਾਡੇ ਵਿੱਚ ਕੋਈ ਗਲਤ ਅੰਸਰ ਆ ਕੇ ਤੁਹਾਡੇ ਵਿੱਚ ਸ਼ਾਮਲ ਹੋ ਕੇ ਮੋਰਚੇ ਦਾ ਨੁਕਸਾਨ ਨਾ ਕਰਾ ਸਕੇ ਇਹਦੇ ਲਈ ਤੁਸੀਂ ਆਪੋ ਆਪਣੀ ਜ਼ਿੰਮੇਵਾਰੀ